ਇਹ ਜਿਹੜੀ ਹੁਣ ਤੁਸੀਂ ਦੇਖ ਰਹੇ ਹੋ ਇਹ 80 ਪੁਸ਼ਅਪ ਆ ਜੀ ਥੰਮ ਦੇ ਉੱਤੇ ਮੇਰਾ ਪਹਿਲਾ ਰਿਕਾਰਡ 69 ਦਾ ਸੀਗਾ ਜੀ ਤਾਂ ਹੁਣ ਇਹ 80 ਪੁਸ਼ਅਪ ਬਣਿਆ ਗਿਨੀ ਬੁੱਕ ਆਫ ਵਰਲਡ ਰੈਕਡ ਦੇ ਵਿੱਚ ਉਸ ਤੋਂ ਬਾਅਦ ਉਹ ਲਗਨ ਬਸ ਉਦੋਂ ਦੀ ਬਣੀ ਹੋਈ ਸੀ ਫਿਰ ਹਮੇਸ਼ਾ ਮੇਰੇ ਮਨ 'ਚ ਇਹ ਸੁਪਨਾ ਰਹਿੰਦਾ ਸੀ ਕਿ ਮੈਂ ਕੁਝ ਹੋਰ ਵੱਡਾ ਕਰਾਂ ਅੱਗੇ ਵਧਾਂ ਉਹ ਅੱਗੇ ਵਧਣ ਦੀ ਜਿਹੜੀ ਤਾਂਘ ਸੀਗੀ ਉਹ ਮੈਨੂੰ ਇੱਥੇ ਤੱਕ ਲੈ ਗਈ ਕਿ ਮੈਂ ਫਿਰ ਇਹਦੇ ਵਿੱਚ ਹੀ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਕਿੱਦਾਂ ਦੇ ਵਿੱਚ ਔਰ ਫਿਰ ਪੁਸ਼ਅਪ ਲਾਉਣ ਦਾ ਮੈਨੂੰ ਜਦੋਂ ਪਤਾ ਲੱਗਿਆ ਤਾਂ ਮੈਂ ਪੁਸ਼ਅਪ ਹੱਥਾਂ ਤੇ ਵੀ ਕਰਦਾ ਹੁੰਦਾ ਸੀ ਉਂਗਲਾਂ ਤੇ ਵੀ ਕਰਦਾ ਹੁੰਦਾ ਸੀ ਫਿਰ ਗੂਠੇ ਤੇ 2015 ਮੈਨੂੰ ਪਤਾ ਲੱਗਿਆ ਕਿ ਮੈਂ ਗੂਠਿਆਂ ਤੇ ਵੀ ਪੁਸ਼ਅਪ ਲਾਉਣੇ ਚਾਹੀਦੇ ਆ 2015 ਤੋਂ ਫਿਰ ਮੈਂ ਗੂਠਿਆਂ ਦੇ ਉੱਤੇ ਪੁਸ਼ਅਪ ਲਾਉਣੇ ਸ਼ੁਰੂ ਕਰ ਦਿੱਤੇ ਮੈਂ ਇਹ ਕਹਿਣਾ ਵੀ ਜਦੋਂ ਕੋਈ ਖਿਡਾਰੀ ਕਾਮਯਾਬ ਹੋ ਜਾਂਦਾ ਉਦੋਂ ਤਾਂ ਸਾਰੇ ਉਹਦੇ ਨਾਲ ਖੜਦੇ ਆ ਤਾਂ ਲੇਕਿਨ ਜਿਹੜਾ ਖਿਡਾਰੀ ਕਾਮਯਾਬ ਹੋਣ ਦੇ ਲਈ ਯਤਨ ਕਰ ਰਿਹਾ ਮਿਹਨਤ ਕਰ ਲਿਆ ਉਦੋਂ ਤੋਂ ਵੀ ਉਹਦੀ ਬਾਹ ਫੜਨੀ ਚਾਹੀਦੀ ਆ ਉਹਦੇ ਨਾਲ ਖੜਨਾ ਚਾਹੀਦਾ ਉਹਨੂੰ ਸਪੋਰਟ ਕਰਨੀ ਚਾਹੀਦੀ ਆ ਤਾਂ ਕਿ ਇਹ ਸਾਡਾ ਬੱਚਾ ਅੱਗੇ ਵੱਧ ਕੇ ਵੱਡਾ ਖਿਡਾਰੀ ਬਣ ਸਕਦਾ ਮੈਂ ਇਹੀ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਐਕਸਰਸਾਈਜ਼ ਲਈ ਘੱਟੋ ਘੱਟ 1 ਘੰਟਾ ਆਪਣੇ ਆਪ ਨੂੰ ਦਿਓ ਜਿਹਦੇ ਨਾਲ ਅਸੀਂ ਰੋਜ਼ਮਰਾ ਜ਼ਿੰਦਗੀ 'ਚ ਤੰਦਰੁਸਤ ਰਹਿ ਸਕੀਏ ਸਭ ਤੋਂ ਪਹਿਲਾਂ ਮੈਂ ਵਿੱਕੀ ਜੀ ਨੂੰ ਕੰਗ੍ਰੈਚੁਲੇਟ ਕਰਨਾ ਚਾਹਾਂਗੀ ਕਿ ਉਹਨਾਂ ਨੇ ਇਹ ਅਚੀਵਮੈਂਟ ਵਰਲਡ ਸਟੇਜ 'ਤੇ ਅਚੀਵ ਕੀਤੀ ਹੈ ਐਂਡ ਉਹਨਾਂ ਨੇ ਸੁਲਤਾਨਪੁਰ ਲੋਧੀ ਦਾ ਨਾਮ ਰੋਸ਼ਨ ਕੀਤਾ ਹੈ ਮੈਂ ਸ਼ੁਰੂ ਤੋਂ ਹੀ ਇਹਨੂੰ ਪ੍ਰੇਰਨਾ ਦਿੱਤੀ ਸਪੋਰਟਸ ਨੇ ਕਿਉਂਕਿ ਫਿਟਨੈਸ ਜਿਹੜੀ ਹੈ ਬਹੁਤ ਜ਼ਰੂਰੀ ਆ ਸਾਰੀਆਂ ਗੇਮ 'ਚ ਮੈਂ ਇਹਨੂੰ ਪਾਰਟੀਸਪੇਟ ਕਰਾਉਂਦੀ ਸੀ ਚਾਹੇ ਖੋ ਖੋ ਹੋਵੇ ਕਬੱਡੀ ਹੋਵੇ ਕੋਈ ਵੀ ਕੰਮ ਹੋਵੇ ਮੈਨੂੰ ਕਹਿੰਦੀ ਸੀ ਇਹਨੇ ਪਿੱਛੇ ਨਹੀਂ ਹਟਣਾ ਕਰਨਾ ਔਰ ਕਰਦਾ ਰਿਹਾ ਹੋਰ ਵੀ ਜਿਹੜਾ ਕੰਮ ਇਹ ਕਰਦਾ ਰਿਹਾ ਉਹਦੇ ਲਈ ਮੈਨੂੰ ਕਦੇ ਪਿੱਛੇ ਨਹੀਂ ਮਤਲਬ ਹਟਣ ਲਈ ਪੁੱਛ ਕੀਤਾ ਲੱਤਾਂ ਨਹੀਂ ਖਿੱਚੀਆਂ ਅੰਤਰਰਾਸ਼ਟਰੀ ਪੱਧਰ ਤੇ ਰਿਕਾਰਡ ਬਣਾਉਣ ਵਾਲੇ ਸੁਲਤਾਨਪੁਰ ਲੋਧੀ ਦੇ ਖਿਡਾਰੀ ਹਰਪ੍ਰੀਤ ਸਿੰਘ ਉਰਫ ਵਿੱਕੀ ਦਿਓਲ ਨੇ ਆਪਣੀ ਮਿਹਨਤ ਨਾਲ ਇਤਿਹਾਸ ਸਿਰਜਿਆ ਹੈ ਅਤੇ ਸ਼ਹਿਰ ਦਾ ਮਾਣ ਵਧਾਇਆ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੇ ਹੁਨਰ ਨਾਲ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦਾ ਨਾਮ ਅੰਤਰਰਾਸ਼ਟਰੀ ਮੰਚ ਤੇ ਚਮਕਾ ਚੁੱਕੇ ਹਨ ਤੁਹਾਨੂੰ ਦੱਸ ਦਈਏ ਕਿ ਅੰਤਰਰਾਸ਼ਟਰੀ ਐਥਲੀਟ ਵਿੱਕੀ ਦਿਓਲ ਨੇ ਸਿਰਫ 1 ਮਿੰਟ ਵਿੱਚ ਆਪਣੇ ਅੰਗੂਠੇ ਦੇ ਭਾਰ ਤੇ 80 ਪੁਸ਼ਅਪ ਲਗਾ ਕੇ ਨਵਾਂ ਰਿਕਾਰਡ ਬਣਾਇਆ ਹੈ ਅਤੇ ਉਹਨਾਂ ਦਾ ਇਹ ਰਿਕਾਰਡ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਵੀ ਦਰਜ ਹੈ ਗੱਲਬਾਤ ਦੌਰਾਨ ਵਿੱਕੀ ਦਿਓਲ ਨੇ ਦੱਸਿਆ ਕਿ ਉਹ ਰੋਜ਼ਾਨਾ 6 ਤੋਂ 7 ਘੰਟੇ ਸਖ਼ਤ ਮਿਹਨਤ ਕਰਦਾ ਹੈ ਅਤੇ ਇਸ ਇਤਿਹਾਸ ਨੂੰ ਸਿਰਜਣ ਲਈ ਉਹ ਪਿਛਲੇ 30 ਸਾਲਾਂ ਤੋਂ ਤਪੱਸਿਆ ਵਾਂਗ ਕਸਰਤ ਕਰ ਰਿਹਾ ਹੈ ਵਿੱਕੀ ਦਿਓਲ ਦੀ ਇਸ ਉਪਲਬਧੀ ਤੇ ਸੁਲਤਾਨਪੁਰ ਲੋਧੀ ਦੇ SDM ਚੰਦਰਾ ਜੋਤੀ ਸਿੰਘ IAS ਨੇ ਅੰਤਰਰਾਸ਼ਟਰੀ ਰਿਕਾਰਡ ਬਣਾਉਣ ਵਾਲੇ ਹਰਪ੍ਰੀਤ ਸਿੰਘ ਦਿਓਲ ਨੂੰ ਵਿਸ਼ਵ ਪੱਧਰੀ ਇਸ ਨਵੀਂ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਵਿੱਕੀ ਦਿਓਲ ਨੇ ਆਪਣੀ ਕਾਮਯਾਬੀ ਨਾਲ ਸੁਲਤਾਨਪੁਰ ਲੋਧੀ ਦਾ ਨਾਂ ਰੋਸ਼ਨ ਕੀਤਾ ਹੈ ਜਿਸ ਲਈ ਉਹ ਸ਼ਲਾਘਾ ਦੇ ਹੱਕਦਾਰ ਹਨ ਸੁਲਤਾਨਪੁਰ ਲੋਧੀ ਤੋਂ ਰਿਕੇਸ਼ ਕੁਮਾਰ ਦੀ ਰਿਪੋਰਟ A7 ਪੰਜਾਬ TV ਸਭ ਤੋਂ ਪਹਿਲਾਂ ਸਵਾਲ ਇਹ ਹੈ ਕਿ ਇੱਕ ਨਵਾਂ ਰਿਕਾਰਡ ਤੁਸੀਂ ਕਾਇਮ ਕੀਤਾ ਹੈ ਕਿਵੇਂ ਮਹਿਸੂਸ ਕਰ ਰਹੇ ਹੋ ਅਤੇ ਕੀ ਹੈ ਤੁਹਾਡਾ ਜਿਹੜੀ ਨਵੀਂ ਅਚੀਵਮੈਂਟ ਜੀ ਬਹੁਤ ਵਧੀਆ ਲੱਗਦਾ ਜੀ ਮਾਲਕ ਦੀ ਸ਼ੁਕਰ ਆ ਕਿ ਮੈਨੂੰ ਮਾਲਕ ਨੇ ਚੁਣਿਆ ਕਿ ਮੈਂ ਇਹ ਕਰਨ 'ਚ ਕਾਮਯਾਬ ਹੋ ਸਕਿਆ ਜੀ ਬਹੁਤ ਬਹੁਤ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਕੀ ਅਚੀਵਮੈਂਟ ਕੀ ਹੈ ਤੁਹਾਡੀ ਨਵੀਂ ਇਹ ਜਿਹੜੀ ਹੁਣ ਤੁਸੀਂ ਦੇਖ ਰਹੇ ਹੋ ਇਹ 80 ਪੁਸ਼ਅਪ ਆ ਜੀ ਥੰਮ ਦੇ ਉੱਤੇ ਮੇਰਾ ਪਹਿਲਾ ਰਿਕਾਰਡ 69 ਦਾ ਸੀਗਾ ਜੀ ਤਾਂ ਹੁਣ ਇਹ 80 ਪੁਸ਼ਅਪ ਬਣਿਆ ਗਿਨੀਜ਼ ਬੁੱਕ ਆਫ ਵਰਲਡ ਰੈਕਡ ਦੇ ਵਿੱਚ ਕਿੰਨੇ ਮਿੰਟ ਜੇ ਅਚੀਵ ਕੀਤਾ ਤੁਸੀਂ ਇਹ ਜੀ 1 ਮਿੰਟ ਦਾ ਇਵੈਂਟ ਹੁੰਦਾ ਇਹ ਮਤਲਬ 80 ਪੁਸ਼ਅਪਸ ਇਨ 60 ਸੈਕਿੰਡਸ ਇਹ ਰਿਕਾਰਡ ਬਣਾਉਣਾ ਤੁਹਾਡਾ ਸੁਪਨਾ ਸੀ ਕਿ ਜਨੂਨ ਸੀ ਪਹਿਲਾਂ ਸੁਪਨਾ ਸੀ ਫਿਰ ਜਨੂਨ ਬਣ ਗਿਆ ਜਨੂਨ ਬਣਨ ਤੋਂ ਬਾਅਦ ਇਹ ਸੁਪਨਾ ਪੂਰਾ ਹੋਇਆ ਜੀ ਇਸ ਮੁਕਾਮ ਤੱਕ ਪਹੁੰਚਣ ਲਈ ਕਿੰਨੀ ਕੁ ਮਿਹਨਤ ਮੁੱਢਲੀ ਸਿੱਖਿਆ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਕਿੱਦਾਂ ਰਿਹਾ ਮਿਹਨਤ ਤਾਂ ਮੈਂ ਜਦੋਂ 3G 'ਚ ਪੜ੍ਹਦਾ ਸੀ ਉਦੋਂ ਤੋਂ ਪੰਜਾਬ ਖੇਡੇ ਆਇਆ ਸੀਗਾ ਜੀ ਖੋ ਖੋ ਦੇ ਵਿੱਚ ਮੈਂ ਅੱਡ ਗੇਮਾਂ ਖੇਡਦਾ ਹੈਗਾ ਤਾਂ ਉਸ ਤੋਂ ਬਾਅਦ ਉਹ ਲਗਨ ਬਸ ਉਦੋਂ ਦੀ ਬਣੀ ਹੋਈ ਸੀ ਫਿਰ ਹਮੇਸ਼ਾ ਮੇਰੇ ਮਨ 'ਚ ਇਹ ਸੁਪਨਾ ਰਹਿੰਦਾ ਸੀ ਕਿ ਮੈਂ ਕੁਝ ਹੋਰ ਵੱਡਾ ਕਰਾਂ ਅੱਗੇ ਵਧਾਂ ਉਹ ਅੱਗੇ ਵਧਣ ਦੀ ਜਿਹੜੀ ਤਾਂਘ ਸੀਗੀ ਉਹ ਮੈਨੂੰ ਇੱਥੇ ਤੱਕ ਲੈ ਗਈ
कि मैं फिर ये ही अपने आप को समर्पित कर दिता खेडों के और फिर पुशअप लाने का मैं जो पता लगे तो मैं पुशअप हाथों से भी कढ़ता हूँ उंगलों से भी कढ़ता हूँ फिर गूठे तो 2015 मैं पता लगे कि मैं गूठिया भी पुशअप लाने चाहिए आ 2015 तो फिर मैं गूठिया के उत्ते पुशअप लाने शुरू कर दते और फिर रिकॉर्ड बनते गए फिर मैं गांह दी गांह जिवें पता लगता गया कि मैं इस तो अगे बढ़ना फिर अड अड बुक्स के मेरा ना आता रहा और फिर मैं हूँ यह कि मेरा गिनीज के भी ना आना चाहिए मेरी अचीवमेंट का तो मैं ये 69 तो बाद 80 पुशअप करके वो भी नाम दर्ज हो गया जी। ये लवली प्रोफेसनल यूनीवर्सिटी के 8 सितंबर 2021 के अटैम्प्ट की सी उस तो बाद बस ये समझ लो भी एक साल पांच महीने हो गए ज अगे पिछे भी थोड़ा हो सकता 1.5 साल के नेड़े तेड़े अज ये रिकॉर्ड आपां मिलिया। इस प्राप्ति का प्रेरणा स्रोत किन्नू मंदे हो? मेरे मम्मी मामा जी मेरे मास्टर जी होनी है सारे कबड्डी कोच ने वो भी जो देखते हैं भी खिडारियों तो फिर वधिया लगता भी असी भी कुछ बनीए मेरे मम्मी मेरे रोल मॉडल ने प्रेरणा स्रोत आ जिहड़े अपने हुण खिडारी हैगे ने उह सारे प्रेरणा स्रोत ही हुंदे आ कि मेरी लाइन भी स्पोर्ट्स की आ तो उन्होंने देख के वड्डियां नूं इह मन च हमेशा आउंदा रहिंदा कि आपां भी कुछ वक्रा करिए इन्हां वर्गे बनीए जिद्दां हुण मिलखा सिंह जी ने ठीक आ पीटी ऊषा सी ਉਹ ਹੈਗੇ ਸੀ ਉਹਨਾਂ ਨੇ ਕਿੰਨੇ ਰਿਕਾਰਡ ਬਣਾਏ ਉਹਨਾਂ ਨੂੰ ਦੇਖਦੇ ਹੀ ਬੰਦਾ ਇਨਸਪਾਇਰ ਹੁੰਦਾ। ਖਿਡਾਰੀਆਂ ਦੇ ਜੀਵਨ 'ਚ ਚੁਣੌਤੀਆਂ ਬਹੁਤ ਹੁੰਦੀਆਂ ਨੇ ਤਾਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ? ਮੈਂ ਇਹ ਕਹਿਣਾ ਵੀ ਜਦੋਂ ਕੋਈ ਖਿਡਾਰੀ ਕਾਮਯਾਬ ਹੋ ਜਾਂਦਾ ਉਦੋਂ ਤਾਂ ਸਾਰੇ ਉਹਦੇ ਨਾਲ ਖੜਦੇ ਆ ਤਾਂ ਲੇਕਿਨ ਜਿਹੜਾ ਖਿਡਾਰੀ ਕਾਮਯਾਬ ਹੋਣ ਦੇ ਲਈ ਯਤਨ ਕਰ ਰਿਹਾ ਮਿਹਨਤ ਕਰ ਲਿਆ ਉਦੋਂ ਤੋਂ ਵੀ ਉਹਦੀ ਬਾਹ ਫੜਨੀ ਚਾਹੀਦੀ ਆ ਉਹਦੇ ਨਾਲ ਖੜਨਾ ਚਾਹੀਦਾ ਉਹਨੂੰ ਸਪੋਰਟ ਕਰਨੀ ਚਾਹੀਦੀ ਆ ਤਾਂ ਕਿ ਇਹ ਸਾਡਾ ਬੱਚਾ ਅੱਗੇ ਵੱਧ ਕੇ ਵੱਡਾ ਖਿਡਾਰੀ ਬਣ ਸਕਦਾ। आम लोगों को तंदुरुस्त रहने लिए कोई शरीरक मजबूती लिए कोई सुनेहा देना चाहते? मैं यही लोगों को सुनेहा देना चाहना कि एक्सरसाइज लई घट्टो घट एक घंटा अपने आप नू दो जिदे नाल असी रोजमर्रा जिंदगी च तंदुरुस्त रह सकीए। सब तो पहला मैं विक्की जी नू कॉन्ग्रेचुलेट करना चाहवांगी कि उन्होंने ये अचीवमेंट वर्ल्ड स्टेज पर अचीव की है एंड उन्होंने सुल्तानपुर लोधी का नाम रोशन किया है। सो फर्स्ट ऑफ ऑल कॉन्ग्रेचुलेशंस एंड उन्होंने ये अचीवमेंट इट्स अ टेस्टिमनी टू वॉट हार्डवर्क कैन गिव तो इन्होंने हार्डवर्क के कारण ही ये अचीवमेंट आज पॉसिबल हो पाई है। सो कॉन्ग्रेचुलेशंस टू हिम फॉर दैट। हाँ जी हाँ जी मैं बस यही सुनेहा देना चाहूँगी कि ये साडे लई साडे शहर के लिए एक यूथ आइकन बन सकते हैं बिकॉज इन्होंने इतना हार्डवर्क करके ये अचीवमेंट इन्हों की पॉसिबल हुई है। फर्स्ट ऑफ ऑल इन्होंने अपने पुराने रिकॉर्ड नू तोड़िया है तो दिस मीनस कि तुसी एक अचीवमेंट नू रीच करके उसते आगे भी जा सकते हो। तुसी रिलैक्स नहीं करना अगे तो अगे ही अपना गोल बनाना होंदा है एंड दैन यू आर श्योर शॉट ऑन द पाथ टू सक्सैस। एंड सैकेंडली इन्होंने ये भी मैंने दसिया इन्हों की मदर ने भी मैंने दसिया कि इन्हों की ऑल नैचुरल डाइट रही है ये घर का खाना खाते सी ते नो सप्लीमेंट्स एंड नो वाइटामिन्स एक्स्ट्रा वाइटामिन्स जो भी तुसी कहंदे हो प्रोटीन्स एक्स्ट्रा ये सब इन्हों के डाइट दे विच नहीं सीगा। तो मैं यही कहना चाहवांगी कि जे असी एक नैचुरल डाइट रखते हैं तो अपना शहर भी अपना अपने शहर नू इसी चीज़ से लाइक इंस्पायर होना चाहिए साडे यूथ नू भी इंस्पायर होना चाहिए कि असी नैचुरल डाइट रख के भी बहुत फिजिकली स्ट्रोंग हो सकते हैं एंड अचीव कर सकते हैं। देखो बहुत वधिया लगता है जो बच्चे प्राप्तियां हासिल करते हैं तो मापिया नू बहुत गर्व हुंदा और अंदरों खुशी हुंदी है बहुत खुशी है मैं बहुत खुश हाँ। जिस तरह तुहाडे पुत्र ने सख्त मेहनत की थी नौजवानों नू की सुनेहा देना चाहिए? नौजवानों नू सख्त मेहनत का मैं सुनेहा दिनी हाँ और नशे तो परे रह के घर दियाँ खुराकों खा के मेहनत करन च मैं भरोसा नौजवानों नू दवाना चाहनी हाँ कि कोई सप्लीमेंट खाने नाल कोई जरूरी नहीं फिर ही तुसी हिम्मत ना कोई काम कर सकते हो बिना सप्लीमेंट तो घर दियाँ चंगियाँ खुराकों ते एक्सरसाइज करके तुसी कुछ भी मुकाम हासिल कर सकते हो। ਕਿੰਨੀ ਕੁ ਮਿਹਨਤ ਦੇ ਵਿੱਚ ਤੁਸੀਂ ਯੋਗਦਾਨ ਪਾਉਂਦੇ ਰਹੇ ਹੋ ਇਹਨਾਂ ਦੀ ਕਦੋਂ ਉੱਠਦੇ ਸੀ ਕਦੋਂ ਜਾਂਦੇ ਸੀ ਐਕਸਰਸਾਈਜ਼ ਵਾਸਤੇ? ਦੇਖੋ ਮੈਂ ਵੈਸੇ ਦੀ ਪਹਿਲੀ ਟੀਚਰ ਮੈਂ ਸੀਗੀ ਤੇ ਮਦਰ ਦੇ ਨਾਲ ਨਾਲ ਮੈਂ ਦੀ ਪਹਿਲੀ ਟੀਚਰ ਹਾਂ ਔਰ ਮੈਂ ਸ਼ੁਰੂ ਤੋਂ ਹੀ ਇਹਨੂੰ ਪ੍ਰੇਰਣਾ ਦਿੱਤੀ ਸਪੋਰਟਸ ਨੇ ਕਿਉਂਕਿ ਫਿਟਨੈਸ ਜਿਹੜੀ ਹੈ ਬਹੁਤ ਜ਼ਰੂਰੀ ਆ ਸਾਰੀਆਂ ਗੇਮ 'ਚ ਮੈਂ ਇਹਨੂੰ ਪਾਰਟੀਸਪੇਟ ਕਰਾਉਂਦੀ ਸੀ ਚਾਹੇ ਖੋ ਖੋ ਹੋਵੇ ਕਬੱਡੀ ਹੋਵੇ ਕੋਈ ਵੀ ਕੰਮ ਹੋਵੇ ਮੈਨੂੰ ਕਹਿੰਦੀ ਸੀ ਇਹਨੇ ਪਿੱਛੇ ਨਹੀਂ ਹਟਣਾ ਕਰਨਾ ਔਰ ਕਰਦਾ ਰਿਹਾ ਹੋਰ ਵੀ ਜਿਹੜਾ ਕੰਮ ਇਹ ਕਰਦਾ ਰਿਹਾ ਉਹਦੇ ਲਈ ਵੀ ਮੈਨੂੰ ਕਦੇ ਪਿੱਛੇ ਨਹੀਂ ਮਤਲਬ ਹਟਣ ਲਈ ਪੁੱਛ ਕੀਤਾ ਲੱਤਾਂ ਨਹੀਂ ਖਿੱਚੀਆਂ ਵੀ ਨਹੀਂ ਤੁਸੀਂ ਕਾਮਯਾਬ ਹੋਵੋ। ਸੋ ਉਹ ਮਿਹਨਤ ਅਤੇ ਫਿਰ ਇਹਦੀ ਖਾਦ ਖੁਰਾਕ ਦਾ ਵੀ ਖਿਆਲ ਰੱਖਣਾ ਜਦੋਂ ਫਿਰ ਐਕਸਰਸਾਈਜ਼ ਕਰਦਾ ਸੀ ਵੀ ਚੂਰੀਆਂ ਵੀ ਕੁੱਟ ਕੁੱਟ ਦਿੱਤੀਆਂ
खूब घ्यो पा के दुध कहना पी जग भर के पी आ चीज खा जा मैंगो शेक जा कोई भी आ भी उन्हों पूरा तसली ना खा जे वह काम करता से फिर खा भी लेंदा सी सोना ते वो खुराकां दे नाल फिर इन्हू एनर्जी मिलती सी होर कुछ वादू नहीं सीगा ते उहदे नाल ही ये सारे कुछ मुकामे ने अपनी मेहनत ना हासिल किए मतलब पूरा फिट वा इस वेले मैनू इस गल का बड़ा माण आ जबकि फिटनैस नू आपां हर कोई इस समय तरस रहा वा ते उहदी ये एक्सरसाइज करके वह पूरा फिट आ। मैं यूथ नू इह कहूंगी कि नशियां तो हट के अपनी शरीर की मेहनत करो एनर्जी जिहड़ी है मेहनत च कढ़ो ते सख्त मेहनत दे कर नाल तुसीं हर मुकाम हासिल कर सकते हो कुछ भी इम्पोसिबल नहीं।